ਪੰਜਾਬ ਸਰਕਾਰ ਵੱਲੋਂ ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ ਕੀਤੀ ਹੋਈ ਹੈ ਅਤੇ ਹਰ ਇੱਕ ਵਰਗ ਨੂੰ ਇਸ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ, ਪਰ ਵਿਭਾਗ ਦੀ ਲਾਪਰਵਾਹੀ ਦੇ ਕਾਰਨ ਲੋਕਾਂ ਨੂੰ ਭੀਸ਼ਣ ਗਰਮੀ ਵਿੱਚ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਿਛਲੇ 10 ਦਿਨਾਂ ਤੋਂ ਇੱਕ ਬਜ਼ੁਰਗ ਜੋੜਾ ਬਿਨਾਂ ਬਿਜਲੀ ਤੋਂ ਰਹਿ ਰਿਹਾ ਹੈ। ਮਾਮਲਾ ਸਾਹਮਣੇ ਆਇਆ ਹੈ ਗੁਰਿਆਣ ਦੇ ਬੋਪਾ ਰਾਏ ਦਾ, ਜਿੱਥੇ ਦੇ ਰਹਿਣ ਵਾਲੇ ਬਜ਼ੁਰਗ ਗੁਰਦਿਆਲ ਸਿੰਘ ਨੇ ਦੱਸਿਆ ਉਹ ਆਪਣੀ ਬਿਮਾਰ ਪਤਨੀ ਨਾਲ ਰਹਿੰਦੇ ਹਨ ਅਤੇ ਪਿਛਲੇ ਐਤਵਾਰ ਦੀ ਉਹਨਾਂ ਦੇ ਘਰ ਦੀ ਲਾਈਟ ਖਰਾਬ ਹੋਈ ਹੈ, ਜਿਨ੍ਹਾਂ ਦੇ ਘਰ ਦਾ ਮੀਟਰ ਬਾਹਰ ਗਲੀ ਵਿੱਚ ਲੱਗੇ ਬਾਕਸ ਵਿੱਚ ਲੱਗਾ ਹੋਇਆ ਹੈ। ਉਹਨਾਂ ਦੱਸਿਆ ਕਿ ਆਪਣੀ ਸ਼ਿਕਾਇਤ ਉਹ ਗੁਰਿਆਣ ਬਿਜਲੀ ਦਫ਼ਤਰ ਵਿੱਚ ਲਿਖਵਾ ਚੁੱਕੇ ਹਨ, ਜਿਸ ਤੋਂ ਬਾਅਦ ਕੁਝ ਦਿਨਾਂ ਬਾਅਦ ਇੱਕ ਲਾਈਨ ਮੈਨ ਆਇਆ ਜਿਸ ਨੇ ਕਿਹਾ ਕਿ 3000 ਦੇ ਕਰੀਬ ਦਾ ਖਰਚਾ ਲਾਈਟ ਠੀਕ ਕਰਨ 'ਤੇ ਆਵੇਗਾ, ਜਿਸ ਤੋਂ ਬਾਅਦ ਕੋਈ ਵੀ ਦੁਬਾਰਾ ਮੁੜ ਕੇ ਨਹੀਂ ਆਇਆ। ਉਹਨਾਂ ਦੱਸਿਆ ਕਿ ਮੰਗਲਵਾਰ ਦੁਬਾਰਾ ਉਹ ਦਫ਼ਤਰ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਆਏ, ਜਿਸ ਤੋਂ ਬਾਅਦ ਲਾਈਨਮੈਨ ਨੇ ਆ ਕੇ ਕਿਹਾ ਕਿ 4 ਤੋਂ 5 ਹਜ਼ਾਰ ਰੁਪਏ ਦਾ ਖਰਚ ਤਾਰ ਬਦਲਣ 'ਤੇ ਆਵੇਗਾ। ਬਜ਼ੁਰਗ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰਦੇ ਹਨ, ਤਾਰ ਜੋ ਘਰ ਦੇ ਬਾਹਰ ਗਲੀ ਵਿੱਚ ਹੈ ਉਸਨੂੰ ਬਦਲਣ ਦਾ ਖਰਚ ਵਿਭਾਗ ਅਤੇ ਪੱਧਰ 'ਤੇ ਕਰੇ, ਕਿਉਂਕਿ ਉਹ ਖਰਚਾ ਦੇਣ ਵਿੱਚ ਅਸਮਰੱਥ ਹੈ ਅਤੇ ਪਿਛਲੇ 10 ਦਿਨਾਂ ਤੋਂ ਵਿਭਾਗ ਦੀ ਲਾਪਰਵਾਹੀ ਕਾਰਨ ਇੰਨੀ ਗਰਮੀ ਵਿੱਚ ਬਿਨਾਂ ਲਾਈਟ ਤੋਂ ਉਹ ਰਹਿ ਰਹੇ ਹਨ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਸਮੱਸਿਆ ਦਾ ਹੱਲ ਕਰਵਾਇਆ ਜਾਵੇ ਅਤੇ ਜੋ ਵੀ ਅਧਿਕਾਰੀ ਮੁਲਾਜ਼ਮ ਲਾਪਰਵਾਹੀ ਕਰਦੇ ਹੋਏ ਜਨਤਾ ਨੂੰ ਖਰਾਬ ਕਰ ਰਹੇ ਹਨ ਉਹਨਾਂ ਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਉੱਧਰ ਲਾਈਨਮੈਨ ਨੇ ਕਿਹਾ ਕਿ ਉਹਨਾਂ ਨੇ ਆ ਕੇ ਆਪਣੀ ਰਿਪੋਰਟਰ ਅਧਿਕਾਰੀਆਂ ਨੂੰ ਦੇ ਦਿੱਤੀ ਹੈ, ਜੋ ਵੀ ਅਧਿਕਾਰੀ ਆਦੇਸ਼ ਦੇਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਹਾਂਜੀ ਅੰਕਲ ਜੀ, ਕੀ ਨਾਮ ਆ ਤੁਹਾਡਾ? ਮੇਰਾ ਨਾਮ ਜੀ ਗੁਰਦਿਆਲ ਸਿੰਘ। ਕੀ ਹੋਇਆ? ਬਿਜਲੀ ਪਿਛਲੇ ਸੋਮਵਾਰ ਤੋਂ ਐਤਵਾਰ ਤੋਂ ਬੰਦ ਆ। ਐਤਵਾਰ ਨੂੰ ਵੀ ਆਹ ਬੰਦੇ ਨੇ ਫੋਨ ਕੀਤੇ, ਕੋਈ ਚੱਕਿਆ ਨਹੀਂ, ਫਿਰ ਸੋਮਵਾਰ ਨੂੰ ਕੀਤਾ, ਫਿਰ ਆਇਆ ਆ ਕੇ ਤਾਂ ਬਾਹਰ ਕਹਿੰਦਾ ਵੀ ਬਾਹਰਲੀ ਤਾਰ ਤੁਹਾਡੀ ਖਰਾਬ ਆ। ਅੱਜ ਕਿੰਨੇ ਦਿਨ ਹੋ ਗਏ ਤੁਹਾਨੂੰ? ਹੋ ਗਏ ਹਫ਼ਤੇ ਤੋਂ ਉੱਪਰ ਹੋ ਗਏ, ਜਾਂ 9 ਕੁ ਦਿਨ ਹੋ ਹੀ ਗਾਣੇ 8-9। ਅਤੇ ਕੰਪਲੇਂਟ ਵਗੈਰਾ ਨਹੀਂ ਲਿਖਾਈ ਤੁਸੀਂ? ਕੰਪਲੇਂਟ ਉੱਦਣ ਵੀ ਲਿਖਾਈ ਸੀਗੀ, ਅੱਜ ਮੈਂ ਫੇਰ ਲਿਖਾ ਕੇ ਆਇਆ। ਅੱਛਾ ਜੀ, ਕੀ ਕਹਿੰਦੇ ਕੀ ਆ? ਉਹ ਕਹਿੰਦੇ ਜੀ ਤੁਹਾਡੇ ਮਗਰੇ ਬੰਦਾ ਆਇਆ। ਅੱਛਾ ਜੀ। ਫਿਰ ਮੈਂ ਫੋਨ ਕੀਤਾ ਦੁਪਹਿਰ ਨੂੰ, ਮੈਂ ਕਿਹਾ ਵੀ ਹਾਲੇ ਤੱਕ ਆਏ ਨਹੀਂ, ਬਸ ਆਉਣ ਲੱਗਾ। ਫਿਰ ਉਹ ਸ਼ਾਮ ਨੂੰ ਆਏ 4-5 ਵਜੇ, ਆ ਕੇ ਤਾਂ ਉਹਨਾਂ ਤਾਰ ਚੈੱਕ ਕੀਤੀ, ਕਹਿੰਦੇ ਜੀ ਬਾਹਰੋਂ ਘਰ ਆ ਗਿਆ, ਇਹ ਇੰਨਾ ਕੁ ਖਰਚਾ ਜਾਣਾ ਜੀ। ਕਿੰਨਾ ਕੁ ਖਰਚਾ ਕਹਿੰਦੇ? 4-5 ਹਜ਼ਾਰ। ਅੱਛਾ ਜੀ, ਕੀ ਕਹਿੰਦੇ ਹੁਣ ਆਏ ਨੂੰ? ਹਾਂਜੀ, ਕੀ ਕਹਿੰਦੇ ਹੁਣ? ਹੁਣ ਉਹ ਹੀ ਕਹਿੰਦੇ ਵੀ ਗੱਲ ਕੱਲ੍ਹ, ਫਿਰ ਜੇ ਆਈ ਜੀ ਕੋਲ ਜਾਓ, ਫਿਰ ਉਹਨਾਂ ਨਾਲ ਗੱਲ ਕਰੇ। ਹਾਂਜੀ, ਅੱਜ ਜੋ ਅਸੀਂ ਸਾਡੇ ਚਾਚਾ ਜੀ ਸਿਆਣੇ ਆ, ਬਜ਼ੁਰਗ ਆ, ਕਿਉਂਕਿ ਇਹਨਾਂ ਦਾ ਬੇਟਾ ਵੀ ਹੈ ਨਹੀਂ, ਕੋਈ ਕੁੜੀਆਂ ਵਿਆਹੀਆਂ ਆ, ਇਹ ਘਰ ਦੇ ਵਿੱਚ ਦੋ ਹੀ ਬਜ਼ੁਰਗ ਆ, ਅਤੇ ਇਹਨਾਂ ਨੂੰ ਮੇਰੇ ਕੋਲ ਅੱਜ ਇਹਨਾਂ ਨੇ ਗੱਲ ਕੀਤੀ ਵੀ ਕਹਿੰਦੇ ਸਾਨੂੰ ਹਫ਼ਤੇ ਦੇ ਉੱਤੇ ਹੋ ਗਿਆ ਗੇੜੇ ਮਾਰ ਦੇਣ ਬਿਜਲੀ ਘਰ, ਤਾਂ ਮਤਲਬ ਆਉਂਦੇ ਆ ਕੋਈ ਸਾਨੂੰ 3000 ਰੁਪਈਆ ਕਹਿੰਦਾ ਆ ਜੀ ਤਾਰ ਦਾ ਖਰਚਾ ਆ। ਅੱਜ ਜਿਹੜੇ ਆਏ ਆ ਕੋਈ ਮੁਲਾਜ਼ਮ, ਉਹ ਕਹਿੰਦੇ ਆ ਜੀ 4-5 ਹਜ਼ਾਰ ਦਾ ਖਰਚਾ ਆ। ਇਹ ਗਰੀਬ ਬੰਦੇ ਆ, ਅਤੇ ਦੇਖੋ ਤੁਹਾਡੇ ਸਾਹਮਣੇ ਸਿਆਣੇ ਹੈਗੇ ਆ, ਇਹਨਾਂ ਨੂੰ ਮੇਰੇ ਹਿਸਾਬ ਨਾਲ ਘੱਟੋ ਘੱਟ ਹਫ਼ਤਾ ਦਾ ਹੋ ਗਿਆ ਹਨੇਰੇ ਵਿੱਚ ਹੀ ਇੱਦਾਂ ਹੀ ਝੋਕਦਿਆਂ ਨੂੰ, ਕਿਉਂਕਿ ਹੁਣ ਜਿਹੜੇ ਮੈਂ ਤਾਂ ਬਿਜਲੀ ਮਹਿਕਮੇ ਦੇ ਬੰਦਿਆਂ ਨੂੰ ਇਹੀ ਅਫਸਰਾਂ ਨੂੰ ਵੀ ਅਪੀਲ ਕਰਦਾ ਵੀ ਇੱਦਾਂ ਜੋ ਸਿਆਣੇ ਬਜ਼ੁਰਗ ਆ ਉਹਨਾਂ ਤੋਂ ਵੀ ਇੱਦਾਂ ਹੀ, ਇਹਨਾਂ ਨੇ ਕਿੱਥੋਂ ਪੈਸੇ ਦੇਣੇ, ਇਹਨਾਂ ਦੇ ਘਰਾਂ ਦੇ ਗੁਜ਼ਾਰੇ ਬੜੀ ਮੁਸ਼ਕਿਲ ਨਾਲ ਚੱਲਦੇ ਆ, ਠੀਕ ਆ ਕਿ ਨਹੀਂ? ਇਹਨਾਂ ਨੂੰ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਆਪਾਂ ਹਨੇਰੇ 'ਚ ਬਿਠਾ ਲਿਆ ਆ, ਅਤੇ ਆਪਾਂ ਤਾਂ ਐਡੀਆਂ ਐਡੀਆਂ ਗੱਲਾਂ ਬਾਤਾਂ ਕਰ ਰਹੇ ਆ, ਸਰਕਾਰਾਂ ਐਡੀਆਂ ਐਡੀਆਂ ਗੱਲਾਂ ਕਰ ਰਹੀਆਂ ਵੀ ਹਰੇਕ ਘਰ ਨੂੰ ਇੰਨੀ ਬਿਜਲੀ ਫ੍ਰੀ ਆ, ਇਹ ਤਾਂ ਬਿਜਲੀ ਠੀਕ ਨਹੀਂ ਕਰਨ ਆ ਰਹੇ, ਫ੍ਰੀ ਤਾਂ ਕਿੱਥੋਂ ਦੇਣੀ ਆ? 8-9 ਦਿਨ ਹੋ ਗਏ ਆ। ਇਸ ਕਰਕੇ ਮੈਂ ਤਾਂ ਇਹ ਅਪੀਲ ਕਰਦਾ ਇਹਨਾਂ ਦਾ ਜਲਦੀ ਤੋਂ ਜਲਦੀ ਜਿਹੜਾ ਆ ਹਨੇਰੇ ਦੇ ਵਿੱਚ ਹਨੇਰਾ ਝੁਕ ਰਹੇ ਆ, ਇਹਨਾਂ ਨੂੰ ਹਨੇਰੇ ਤੋਂ ਨਿਜਾਤ ਮਿਲੇ ਔਰ ਇਹਨਾਂ ਨੂੰ ਵਿਚਾਰਿਆਂ ਨੂੰ ਕੋਈ ਸੁੱਖ ਦਾ ਸਾਹ ਆਵੇ, ਠੀਕ ਆ? ਮੇਰੀ ਇਹੀ ਇਹਨਾਂ ਅੱਗੇ ਅਪੀਲ ਵਾ।